ਅਸੀਂ ਆਪਣੇ ਬੱਚੇ ਦੀ ਸੁਪਨਾ ਸੁੱਕੀ ਸੀਗੀ ਕਿ ਬੇਟਾ ਹੋਏ ਤਾਂ ਅਸੀਂ ਲੰਗੂਰ ਬਣਾਵਾਂਗੇ। ਸਾਡਾ ਵਿਆਹ ਤੋਂ 9 ਸਾਲ ਬਾਅਦ ਬੇਟਾ ਹੋਇਆ ਜੀ, ਫਸਟ ਇੱਕੋ ਬੇਟਾ 9 ਸਾਲ ਬਾਅਦ ਹੋਇਆ, ਤਾਂ ਅਸੀਂ ਫਿਰ ਦੋਵਾਂ ਭਰਾਵਾਂ ਦੀ ਜੋੜੀ ਹੈ, ਮੇਰੇ ਛੋਟੇ ਬ੍ਰਦਰ ਦਾ ਬੇਟਾ ਔਰ ਅਸੀਂ ਦੋਵੇਂ ਇਕੱਠੇ ਅਸੀਂ ਜੋੜੀ ਬਣਾ ਕੇ ਲਿਆਏ ਹਾਂ। ਹਜ਼ਾਰਾਂ ਦੀ ਸੰਖਿਆ ਲੋਕਾਂ ਨੇ ਮੱਥਾ ਟੇਕਿਆ ਔਰ ਹਰ ਸ਼ਰਧਾਲੂ ਦੀ ਜਿਹੜੀ ਮਨੋਕਾਮਨਾ ਇੱਥੇ ਸੰਪੂਰਨ ਹੁੰਦੀ ਆ। ਤੁਸੀਂ ਜਿਸ ਤਰ੍ਹਾਂ ਵੇਖ ਰਹੇ ਹੋ, ਨੋਇਡਾ ਦੇ ਵੀ ਲੋਕ ਆਏ ਨਾ, ਪੂਰੇ ਪੰਜਾਬ ਭਗਤ ਲੋਕ ਆਏ ਨਾ। ਔਰ ਆਪਣੇ ਬੱਚੇ ਕੋ ਹਮਨੇ ਯਹਾਂ ਪੇ ਲੰਗੂਰ ਬਣਾਇਆ ਹੈ, ਬਹੁਤ ਅੱਛਾ ਲੱਗ ਰਿਹਾ ਹੈ, ਬਹੁਤ ਐਕਸਾਈਟਿਡ ਹੈ ਹਮ। ਸੁਬਹਾ ਤੋਂ ਥੋੜ੍ਹੀ ਰਸ਼ ਥਾ, ਪਰ ਅਭੀ ਬਹੁਤ ਅੱਛਾ ਲੱਗ ਰਿਹਾ ਹੈ। ਇਹਦੀ ਮਾਨਤਾ ਵੀ ਜਿਹਨਾਂ ਨੂੰ ਪੁੱਤਰ ਰਤਨ ਦੀ ਪ੍ਰਾਪਤੀ ਨਹੀਂ ਹੁੰਦੀ, ਇੱਥੇ ਆ ਕੇ ਮੰਨਤ ਮੰਗਦੇ ਨੇ। ਜਿਸ ਵੇਲੇ ਹਨੂੰਮਾਨ ਜੀ ਮਾਤਾ ਜੀ ਉਹਨਾਂ ਨੂੰ ਝੋਲੀਆਂ ਖੁਸ਼ੀਆਂ ਨਾਲ ਭਰ ਦਿੰਦੇ ਨੇ, ਉਹ ਸੁਬਹਾ ਸ਼ਾਮ ਲੰਗੂਰ ਬਣਾ ਕੇ ਆਪਣੇ ਬੱਚਿਆਂ ਨੂੰ ਹਨੂੰਮਾਨ ਜੀ ਦੀ ਚੌਕਟ 'ਤੇ ਮੱਥਾ ਟਿਕਾ ਕੇ ਉਹਨਾਂ ਦਾ ਆਸ਼ੀਰਵਾਦ ਲੈਂਦੇ ਨੇ। ਤੁਸੀਂ ਦੇਖਦੇ ਪਏ ਹੋ ਕਿ ਬਾਬੇ ਦੀ ਕਿਰਪਾ ਹਰ ਸਾਲ ਦੀ ਤਰ੍ਹਾਂ ਪਬਲਿਕ ਵੀ ਵਧੀ ਜਾ ਰਹੀ, ਲੰਗੂਰਾਂ ਦੀ ਸੰਖਿਆ ਵੀ, ਅਤੇ ਅਸੀਂ ਈਸ਼ਵਰ ਅੱਗੇ ਇਹੋ ਹੀ ਦੁਆ ਕਰਦੇ ਕਿ ਇਸ ਤਰ੍ਹਾਂ ਹੀ ਸਾਰਿਆਂ ਨੂੰ ਆਸ਼ੀਰਵਾਦ ਹਨੂੰਮਾਨ ਜੀ ਦਿੰਦੇ ਰਹਿਣ, ਲੋਕਾਂ ਦੀ ਮਨੋਕਾਮਨਾ ਪੂਰੀਆਂ ਹੋਣ। ਜਿੰਨਾ ਪੇਰੈਂਟਸ ਨੇ ਆਪਣੀ ਸੁਪਨਾ ਸੁੱਖੀ ਹੁੰਦੀ ਹੈ ਕਿ ਲੰਗੂਰ ਲੜਕਾ ਹੋਏਗਾ ਤਾਂ ਲੰਗੂਰ ਬਣਾਵਾਂਗੇ, ਉਹ ਬੱਚੇ ਨੂੰ ਲੰਗੂਰ ਬਣਾਉਂਦੇ ਨੇ। ਬਾਨਾ ਜਿਹੜਾ ਤੁਸੀਂ ਦੇਖ ਰਹੇ ਹੋ, ਮੇਰਾ ਨਾਮ ਸੰਦੀਪ ਸ਼ਰਮਾ ਹੈ ਜੀ, ਅਸੀਂ ਅੰਮ੍ਰਿਤਸਰ ਗਲੀ ਜੱਟਾਵਾਲੀ ਦੇ ਰਹਿਣ ਵਾਲੇ ਹਾਂ। ਅਸੀਂ ਆਪਣੇ ਬੱਚੇ ਦੀ ਸੁਪਨਾ ਸੁੱਕੀ ਸੀਗੀ ਕਿ ਬੇਟਾ ਹੋਏ ਤਾਂ ਅਸੀਂ ਲੰਗੂਰ ਬਣਾਵਾਂਗੇ। ਸਾਡਾ ਵਿਆਹ ਤੋਂ 9 ਸਾਲ ਬਾਅਦ ਬੇਟਾ ਹੋਇਆ ਜੀ, ਫਸਟ ਇੱਕੋ ਬੇਟਾ 9 ਸਾਲ ਬਾਅਦ ਹੋਇਆ, ਤਾਂ ਅਸੀਂ ਫਿਰ ਦੋਵਾਂ ਭਰਾਵਾਂ ਦੀ ਜੋੜੀ ਹੈ, ਮੇਰੇ ਛੋਟੇ ਬ੍ਰਦਰ ਦਾ ਬੇਟਾ ਔਰ ਅਸੀਂ ਦੋਵੇਂ ਇਕੱਠੇ ਅਸੀਂ ਜੋੜੀ ਬਣਾ ਕੇ ਲਿਆਏ ਹਾਂ ਲੰਗੂਰ। ਦੇਖੋ ਜੀ, ਮੇਰਾ ਨਾਮ ਸੰਜੇ ਮਹਿਰਾ ਔਰ ਮੈਂ ਇਸ ਮੰਦਰ ਦਾ ਵਾਈਸ ਚੇਅਰਮੈਨ ਹਾਂ। ਅੱਜ ਦਰਬਾਰ ਜਿਹੜਾ ਸਵੇਰੇ 4 ਵਜੇ ਖੁੱਲ੍ਹਿਆ ਸੀ ਔਰ ਦੁਪਹਿਰ 2 ਵਜੇ ਬੰਦ ਹੋਇਆ, ਫਿਰ ਦੁਬਾਰਾ 3:30 ਵਜੇ ਖੁੱਲ੍ਹਿਆ। ਹਜ਼ਾਰਾਂ ਦੀ ਸੰਖਿਆ ਲੋਕਾਂ ਨੇ ਮੱਥਾ ਟੇਕਿਆ ਔਰ ਹਰ ਸ਼ਰਧਾਲੂ ਦੀ ਜਿਹੜੀ ਮਨੋਕਾਮਨਾ ਇੱਥੇ ਸੰਪੂਰਨ ਹੁੰਦੀ ਆ। ਤੁਸੀਂ ਜਿਸ ਤਰ੍ਹਾਂ ਵੇਖ ਰਹੇ ਹੋ, ਨੋਇਡਾ ਤੋਂ ਵੀ ਲੋਕ ਆਏ ਨਾ, ਪੂਰੇ ਪੰਜਾਬ ਭਗਤ ਲੋਕ ਆਏ ਨਾ। ਈਵਨ ਦੈਨ 2 ਫੈਮਲੀਆਂ ਬਾਹਰੋਂ ਵੀ ਆਈਆਂ ਨੇ, ਇੱਕ ਫੈਮਲੀ ਇੰਗਲੈਂਡ ਤੋਂ ਆਈ ਹੈ, ਦੂਸਰੀ ਫੈਮਲੀ ਕੈਨੇਡਾ ਤੋਂ ਆਈ ਆ। ਪੂਰੇ ਵਿਸ਼ਵ ਭਗਤ ਜਦੋਂ ਆਪਾਂ ਕਹਿੰਦੇ ਲੰਗੂਰ ਮੇਲਾ, ਅੱਜ ਸਾਬਤ ਹੋ ਗਿਆ ਕਿ ਮੇਲਾ ਭਾਰਤ ਵਰਸ਼ ਦਾ ਨਹੀਂ, ਪੂਰੇ ਵਿਸ਼ਵ ਭਗਤ ਇੱਕੋ ਮੇਲਾ ਜਿਹੜਾ ਇੰਡੀਆ ਦੇ ਵਿੱਚ ਅੰਮ੍ਰਿਤਸਰ 'ਚ ਲੱਗਦਾ ਵਾ। ਇਹਦੀ ਮਾਨਤਾ ਕੀ ਹੈ ਜੀ? ਇਹਦੀ ਮਾਨਤਾ ਵੀ ਜਿਹਨਾਂ ਨੂੰ ਪੁੱਤਰ ਰਤਨ ਦੀ ਪ੍ਰਾਪਤੀ ਨਹੀਂ ਹੁੰਦੀ, ਇੱਥੇ ਆ ਕੇ ਮੰਨਤ ਮੰਗਦੇ ਨੇ। ਜਿਸ ਵੇਲੇ ਹਨੂੰਮਾਨ ਜੀ ਮਾਤਾ ਜੀ ਉਹਨਾਂ ਨੂੰ ਝੋਲੀਆਂ ਖੁਸ਼ੀਆਂ ਨਾਲ ਭਰ ਦਿੰਦੇ ਨੇ, ਉਹ ਸੁਬਹਾ ਸ਼ਾਮ ਲੰਗੂਰ ਬਣਾ ਕੇ ਆਪਣੇ ਬੱਚਿਆਂ ਨੂੰ ਹਨੂੰਮਾਨ ਜੀ ਦੀ ਚੌਕਟ 'ਤੇ ਮੱਥਾ ਟਿਕਾ ਕੇ ਉਹਨਾਂ ਦਾ ਆਸ਼ੀਰਵਾਦ ਲੈਂਦੇ ਨੇ। ਹੋਰ ਤੁਸੀਂ ਆਮ ਜਨਤਾ ਨੂੰ ਕੀ ਕਹਿਣਾ ਚਾਹੋਗੇ? ਮੈਂ ਆਮ ਜਨਤਾ ਨੂੰ ਇਹ ਕਹਿ ਰਿਹਾ ਕਿ ਦੁਰਗਿਆਨਾ ਕਮੇਟੀ ਨੇ ਬੜੇ ਹੀ ਪੁਖਤਾ ਇੰਤਜ਼ਾਮ ਕੀਤੇ ਨਾ, ਪ੍ਰਸ਼ਾਸਨ ਦਾ ਵੀ ਬਹੁਤ ਸਾਥ ਮਿਲਦਾ ਪਿਆ। ਜਨਤਾ ਨੂੰ ਵੀ ਨਿਵੇਦਨ ਹੈ ਕਿ ਕੋਈ ਵੀ ਕਿਸੇ ਦੀ ਪਰੇਸ਼ਾਨੀ ਆਉਂਦੀ ਹੈ, ਜਿਹੜੇ ਕਰਕੇ ਉਹਦਾ ਡਿਊਟੀ ਦੇ ਖਲੋਤੇ ਉਹਨਾਂ ਨਾਲ ਸੰਪਰਕ ਕਰੋ ਔਰ ਖਾਸ ਤੌਰ 'ਤੇ ਵਿਸ਼ੇਸ਼ ਤੌਰ 'ਤੇ ਸਫਾਈ ਦਾ ਸਭ ਜਿਹਨੇ ਰਲ ਕੇ ਖਿਆਲ ਰੱਖੀਏ। ਹਾਂਜੀ, ਕਿਆ ਨਾਮ ਆਪ ਜੀ, ਕਹਾਂ ਸੇ ਆਏ ਆਪ? ਮੇਰਾ ਨਾਮ ਪ੍ਰਿਯੰਕਾ ਹੈ, ਹਮ ਨੋਇਡਾ ਸੇ ਆਏ ਹੈਂ ਔਰ ਆਪਣੇ ਬੱਚੇ ਕੋ ਹਮਨੇ ਯਹਾਂ ਪੇ ਲੰਗੂਰ ਬਣਾਇਆ ਹੈ। ਕੈਸਾ ਲੱਗ ਰਿਹਾ ਹੈ? ਬਹੁਤ ਅੱਛਾ ਲੱਗ ਰਿਹਾ ਹੈ, ਬਹੁਤ ਐਕਸਾਈਟਿਡ ਹੈ ਹਮ। ਸੁਬਹਾ ਤੋਂ ਥੋੜ੍ਹੀ ਰਸ਼ ਥਾ, ਪਰ ਅਭੀ ਬਹੁਤ ਅੱਛਾ ਲੱਗ ਰਿਹਾ ਹੈ। ਇੰਤਜ਼ਾਮ ਕੈਸਾ ਹੈ ਯਹਾਂ ਪੇ? ਬਹੁਤ ਅੱਛਾ ਇੰਤਜ਼ਾਮ ਹੈ। ਆਦਿਤਿਆ। ਕਹਾਂ ਸੇ ਆਏ ਹੋ ਆਪ? ਨੋਇਡਾ। ਕਿਆ ਬਣੇ ਹੋ ਆਪ? ਲੰਗੂਰ। ਅੱਛਾ, ਕੈਸਾ ਲੱਗ ਰਿਹਾ ਆਪਕੋ? ਅੱਛਾ। ਜੈ ਸ਼੍ਰੀ ਰਾਮ ਜੀ। ਨਰਾਤਿਆਂ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਅੱਜ ਪਹਿਲਾ ਨਰਾਤਾ, ਅੱਜ ਸਵੇਰੇ 4 ਵਜੇ ਦੇ ਜ਼ਿਲ੍ਹੇ ਦੇ ਕਵਾਟ ਖੁੱਲ੍ਹੇ ਆ। ਤੁਸੀਂ ਦੇਖਦੇ ਹੀ ਪਏ ਹੋ ਕਿ ਬਾਬੇ ਦੀ ਕਿਰਪਾ ਹਰ ਸਾਲ ਦੀ ਤਰ੍ਹਾਂ ਪਬਲਿਕ ਵੀ ਵਧੀ ਜਾ ਰਹੀ, ਲੰਗੂਰਾਂ ਦੀ ਸੰਖਿਆ ਵੀ, ਅਤੇ ਅਸੀਂ ਈਸ਼ਵਰ ਅੱਗੇ ਇਹੋ ਹੀ ਦੁਆ ਕਰਦੇ ਕਿ ਇਸ ਤਰ੍ਹਾਂ ਹੀ ਸਾਰਿਆਂ ਨੂੰ ਆਸ਼ੀਰਵਾਦ ਹਨੂੰਮਾਨ ਜੀ ਦਿੰਦੇ ਰਹਿਣ, ਲੋਕਾਂ ਦੀ ਮਨੋਕਾਮਨਾ ਪੂਰੀਆਂ ਹੋਣ। ਕਿਉਂਕਿ ਇਹ ਮੰਦਰ ਦੀ ਤੁਹਾਨੂੰ ਖਾਸੀਅਤ ਪਤਾ ਹੀ ਹੈ ਕਿ ਜਿਨ੍ਹਾਂ ਘਰ ਔਲਾਦ ਨਹੀਂ ਹੁੰਦੀ,
ਉਹ ਸੁੱਖਣ 'ਤੇ ਹੁੰਦੀ ਹੈ। ਇੱਥੇ ਕਿਸੇ ਜਾਤ ਪਾਤ ਦਾ ਕੋਈ ਫਰਕ ਨਹੀਂ, ਤੁਸੀਂ ਦੇਖਿਆ ਹੈਗਾ ਹਰ ਜਾਤ ਦੇ ਲੋਕ ਇੱਥੇ, ਲੋਕ ਸੁੱਖਦੇ ਆ, ਜਿਹਨਾਂ ਘਰ ਔਲਾਦ ਨਹੀਂ ਹੁੰਦੀ ਉਹ ਫਿਰ ਬਾਅਦ 'ਚ ਲੰਗੂਰ ਬਣਾਉਂਦੇ, ਕੋਈ ਇੱਕ ਸਾਲ, ਕੋਈ ਦੋ ਸਾਲ, ਕੋਈ ਤਿੰਨ ਸਾਲ, ਲੜਕੀ ਲੜਕੇ ਦਾ ਕੋਈ ਭੇਦ ਨਹੀਂ, ਦੋਵਾਂ ਨੂੰ ਬਣਾਉਂਦੇ ਆ। ਮੇਰੀ ਸਾਰੇ ਭਗਤਾਂ ਅੱਗੇ ਬੇਨਤੀ ਹੈ ਕਿ ਇਸ ਤਰ੍ਹਾਂ ਹੀ ਸ਼ਾਂਤੀ ਮਾਹੌਲ ਬਣਾਈ ਰੱਖੋ, ਬਹੁਤ ਸੋਹਣਾ ਵਾਤਾਵਰਨ ਬਣਿਆ, ਇਹਨੂੰ ਇਸੇ ਤਰ੍ਹਾਂ ਹੀ ਬਣਾਈ ਰੱਖੋ। ਜੈ ਸ਼੍ਰੀ। ਹਾਂਜੀ, ਆਪਣਾ ਨਾਮ ਦੱਸ ਕੇ ਜੀ, ਲੰਗੂਰ ਮਿਲਦੇ ਹੋ, ਕੀ ਕਹਿਣਾ ਚਾਹੋਗੇ? ਮੈਂ ਸ਼੍ਰੀ ਬਾਣੋ ਮੰਦਰ ਸੇਵਾਦਾਰ ਸੋਮਦਾਸ ਸ਼ਰਮਾ, ਪਿਛਲੇ 35 ਸਾਲ ਤੋਂ ਇੱਥੇ ਸੇਵਾ ਕਰ ਰਹੇ ਹਾਂ, ਔਰ ਸ਼੍ਰੀ ਦੁਗਾਣਾ ਕਮੇਟੀ ਦੇ ਸਹਿਯੋਗ ਨਾਲ ਸ਼੍ਰੀ ਗਿਰੀਆ ਸੇਵਾ ਸੰਘ ਦੇ ਕਮ ਸੇ ਕਮ 120 ਤੋਂ 125 ਮੈਂਬਰ ਜਿਹੜੇ ਨੇ ਇਸ ਸੇਵਾ 'ਚ ਲੱਗੇ ਹੋਏ ਨੇ ਸਵੇਰੇ ਸ਼ਾਮ। ਇਹ ਮੇਲਾ ਜਿਹੜਾ ਸਵੇਰੇ ਸ਼ੁਰੂ ਹੋਇਆ ਔਰ ਸਵੇਰੇ 3:30 ਵਜੇ ਹੀ ਤੜਕਸਾਰ ਇੱਥੇ ਲੰਗੂਰ ਦਾ ਮੇਲਾ ਲੱਗਾ ਹੋਇਆ ਸੀ, ਔਰ ਜਿਹੜਾ ਅੱਜ ਤੱਕ ਵੀ ਚੱਲ ਰਿਹਾ ਹੈ। ਇਹ ਹਿੰਦੁਸਤਾਨ 'ਚ ਜਿਹੜਾ ਮੇਲਾ ਵਰਲਡ ਦੇ ਵਿੱਚ 12 ਦਿਨ ਲਗਾਤਾਰ ਲੱਗਦਾ, ਦੁਸਹਿਰੇ ਤੱਕ ਰਹਿੰਦਾ ਹੈ ਮੇਲਾ ਵਾਲਾ, ਔਰ ਬੱਚੇ ਜਿਨ੍ਹਾਂ ਪੇਰੈਂਟਸ ਨੇ ਆਪਣੀ ਸੁਪਨਾ ਸੁੱਖੀ ਹੁੰਦੀ ਹੈ ਕਿ ਲੰਗੂਰ ਲੜਕਾ ਹੋਏਗਾ ਤਾਂ ਲੰਗੂਰ ਬਣਾਵਾਂਗੇ, ਉਹ ਬੱਚੇ ਨੂੰ ਲੰਗੂਰ ਬਣਾਉਂਦੇ ਨੇ, ਬਾਨਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬਾਨਾ ਪਵਾ ਕੇ ਬੱਚੇ ਨੂੰ ਲੈ ਕੇ ਆਉਂਦੇ ਨੇ। ਤੁਸੀਂ ਲੰਗੂਰ ਬਣਾਇਆ, ਤੁਸੀਂ ਕੋਈ ਸੁਪਨਾ ਸੁੱਖੀ ਸੀ? ਹਾਂਜੀ, ਤੁਸੀਂ ਕੋਈ ਸੁਪਨਾ ਸੁੱਖਣੀ ਹੈ ਬੱਚਿਆਂ ਨੂੰ ਲੰਗੂਰ ਬਣਾਇਆ? ਮੇਰੇ ਬੱਚੇ ਨੂੰ ਬਿਆਨ ਹੋ। ਅੱਛਾ ਜੀ, ਹਾਂਜੀ, ਔਰ ਇਹ ਦੋ ਟਾਈਮ ਮੱਥਾ ਟੇਕਣਾ ਮੈਂ, ਉਹ ਜਿਹੜੀ ਇਹ ਮਾਨਤਾ ਹੈਗੀ ਆ ਇਹ ਬੜੀ ਪ੍ਰਾਚੀਨ ਮਾਨਤਾ ਇੱਥੋਂ ਦੀ, ਇੱਥੋਂ ਦਾ ਜਿਹੜਾ ਔਰ ਜਿਹੜੇ ਹਨੂੰਮਾਨ ਜੀ ਦੇ ਦਰਸ਼ਨ ਕਰ ਰਹੇ ਨੇ ਬੱਚੇ ਇਸ ਵੇਲੇ, ਇਹ ਵਰਲਡ ਦੇ ਵਿੱਚ ਬੈਠੇ ਹਨੂੰਮਾਨ ਜੀ ਅੰਮ੍ਰਿਤਸਰ ਦੇ ਵਿੱਚ ਹੀ, ਉਸ ਤੋਂ ਬਾਅਦ ਜਿਹੜੇ ਦਰਸ਼ਨ ਨੇ ਹਨੂੰਮਾਨ ਜਿਹੜੇ ਅਯੋਧਿਆ ਜੀ 'ਚ ਦਰਸ਼ਨ ਹੈ ਉਹ 50% ਨੇ ਇੱਥੋਂ। ਜੈ ਸ਼੍ਰੀ ਰਾਮ।